ਤੁਸੀਂ ਸਾਰੀ ਯੰਗ ਜਨਰੇਸ਼ਨ ਆਈ ਹੋ ਅੱਜ ਮੇਰੇ ਵੀਰ ਭਰਾ, ਇੱਕੋ ਹੀ ਗੱਲ ਕਹਿਣਾ ਵੀ ਟੈਲੈਂਟ ਸਾਰਿਆਂ 'ਚ ਹੁੰਦਾ, ਟੈਲੈਂਟ ਜਾਂ ਪੜ੍ਹਾਈ ਲਿਖਾਈ ਸਾਰਿਆਂ ਨੂੰ ਆਉਂਦੀ ਹੁੰਦੀ ਹੈ, ਪਰ ਬਣਦਾ ਉਹ ਹੈ ਜਿਹਦਾ ਆ ਦਿਮਾਗ ਅਤੇ ਦਿਲ ਸਾਫ ਆ। ਬੇਸ਼ੱਕ ਤੁਸੀਂ ਲੱਖ ਟੈਲੈਂਟ ਸੁਰ ਸਰ ਬਥੇਰਿਆਂ ਕੋਲ ਇੱਥੇ, ਪਰ ਅੱਗੇ ਕੌਣ ਆਉਂਦਾ ਜਿਹਦੇ ਇੱਥੇ ਸਫਾਈ ਆ। ਜੇ ਤੁਸੀਂ ਇੱਥੋਂ ਮਾੜਾ ਸੋਚ ਲਓ ਨਾ ਕਿਸੇ ਦਾ, ਪੁੱਠੇ ਹੋ ਜਾਓ, ਤੁਸੀਂ ਨਹੀਂ ਕੁਛ ਬਣ ਸਕਦੇ। 70% ਲੋਕਾਂ ਦਾ ਹੀ ਹਾਲ ਹੈ, ਉਹ ਆਪ ਇਸ ਗੱਲ ਕਰਕੇ ਦੁਖੀ ਨਹੀਂ ਵੀ ਉਹਨਾਂ ਨੂੰ ਦੁੱਖ ਨੇ, ਦੂਜਾ ਸੁਖੀ ਆ ਤਾਂ ਕਰਕੇ ਦੁਖੀ ਰਹਿੰਦੇ ਨੇ। ਸੋ ਮੇਰੇ ਸਾਰੇ ਵੀਰ ਭਰਾਵਾਂ ਨੂੰ ਇਹੀ ਬੇਨਤੀ ਆ, ਗੋਲ ਤਾਂ ਬਹੁਤ ਛੋਟੀ ਗੱਲ ਹੈ ਜ਼ਿੰਦਗੀ 'ਚ, ਬਹੁਤ ਕੁਛ ਕੁਛ ਆਉਂਦਾ ਨਾ, ਪਰ ਆਪਣੀ ਪੋਜ਼ਿਟਿਵਿਟੀ ਨਾ ਛੱਡਿਓ ਕਦੇ ਵੀ, ਅਤੇ ਨੈਗੇਟਿਵਿਟੀ ਤੁਹਾਨੂੰ ਖਤਮ ਕਰ ਦਿੰਦੀ ਹੈ ਬੰਦੇ ਨੂੰ। ਮੈਂ ਆਪਦੀ ਜ਼ਿੰਦਗੀ 'ਚ ਦੇਖੀ ਹੈ ਇਹ ਚੀਜ਼, ਜੋ ਨੈਗੇਟਿਵ ਹੋਣ ਲੱਗ ਗਏ ਨਾ ਤੁਸੀਂ, ਜਿੰਨਾ ਵੀ ਤੁਹਾਡੇ 'ਚ ਸਾਰਾ ਕੁਝ, ਜਿੰਨਾ ਵੀ ਤੁਹਾਡਾ ਟੈਲੈਂਟ ਆ, ਤੁਹਾਡਾ ਆਰਟ ਆ, ਫਿਨਿਸ਼।